ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਯਮ ਤੜਕਾ ਪੰਜਾਬੀ ਕੁਕਿੰਗ ਦੇ ਵਿੱਚ। ਅੱਜ ਬਣਾਵਾਂਗੇ ਆਪਾਂ ਭੁੱਜੇ ਹੋਏ ਛੋਲਿਆਂ ਦੀਆਂ ਬਹੁਤ ਹੀ ਟੇਸਟੀ ਪਿੰਨੀਆਂ, ਯਾਨੀ ਕਿ ਆਪਾਂ ਸੱਤੂ ਦੀਆਂ ਪਿੰਨੀਆਂ, ਸੱਤੂ ਦੇ ਲੱਡੂ ਬਣਾ ਕੇ ਤਿਆਰ ਕਰਾਂਗੇ। ਬਹੁਤ ਜ਼ਿਆਦਾ ਹੈਲਦੀ ਹੁੰਦੇ ਹਨ ਅਤੇ ਟੇਸਟੀ ਬਹੁਤ ਜ਼ਿਆਦਾ ਹਨ। ਇਹ ਪਿੰਨੀਆਂ ਆਪਾਂ ਬਿਲਕੁਲ ਹੈਲਦੀ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ। ਇਹਨਾਂ ਪਿੰਨੀਆਂ ਨੂੰ ਬਣਾਉਣ ਲਈ ਆਪਾਂ ਗੁੜ ਦਾ ਯੂਜ਼ ਕਰਨਾ ਹੈ ਅਤੇ ਥੋੜ੍ਹੀ ਜਿਹੀ ਆਪਾਂ ਇਹਦੇ ਵਿੱਚ ਖਸਖਸ ਵੀ ਪਾਵਾਂਗੇ, ਜਿਹਦੇ ਨਾਲ ਕਿ ਪਿੰਨੀਆਂ ਦਾ ਟੇਸਟ ਹੋਰ ਵੱਧ ਜਾਏਗਾ। ਅਤੇ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ, ਜੇਕਰ ਤੁਸੀਂ ਪਹਿਲੀ ਵਾਰ ਮੇਰੇ ਚੈਨਲ 'ਤੇ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਯਮ ਤੜਕਾ ਪੰਜਾਬੀ ਕੁਕਿੰਗ ਨੂੰ ਜੋ ਸਬਸਕ੍ਰਾਈਬ ਕਰੋ ਅਤੇ ਨਾਲ ਲੱਗਦੇ ਬੈੱਲ ਆਈਕਨ ਨੂੰ ਜੋ ਪ੍ਰੈਸ ਕਰੋ ਤਾਂ ਕਿ ਮੇਰੀ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਣ। ਅਤੇ ਆਓ ਬਹੁਤ ਹੀ ਟੇਸਟੀ ਭੁੱਜੇ ਛੋਲਿਆਂ ਦੀਆਂ ਪਿੰਨੀਆਂ ਬਣਾਉਣ ਦੀ ਰੈਸਪੀ ਸ਼ੁਰੂ ਕਰਦੇ ਹਾਂ। ਪਿੰਨੀਆਂ ਬਣਾਉਣ ਲਈ ਇੱਥੇ ਮੈਂ ਭੁੱਜੇ ਹੋਏ ਛੋਲੇ ਲਏ ਹਨ, 300 ਗ੍ਰਾਮ ਇਹਨਾਂ ਦਾ ਵੇਟ ਹੈ, ਅਤੇ ਛਿਲਕੇ ਤੋਂ ਬਿਨਾਂ ਵਾਲੇ ਇੱਥੇ ਮੈਂ ਚਨੇ ਲਏ ਹਨ। 300 ਗ੍ਰਾਮ ਛੋਲਿਆਂ ਵਾਸਤੇ ਇੱਥੇ ਮੈਂ 200 ਗ੍ਰਾਮ ਗੁੜ ਲਿਆ ਹੈ, ਇੰਨਾ ਗੁੜ ਬਿਲਕੁਲ ਪਰਫੈਕਟ ਹੈ। 1 ਕੱਪ ਤੋਂ ਥੋੜ੍ਹਾ ਜਿਹਾ ਘੱਟ ਇੱਥੇ ਮੈਂ ਦੇਸੀ ਘਿਓ ਲਿਆ ਹੈ ਅਤੇ ਵੇਟ ਵਿੱਚ ਇਹ 180 ਗ੍ਰਾਮ ਹੈ। 2 ਚਮਚ ਖਸਖਸ ਦੇ ਲਏ ਹਨ ਅਤੇ ਵੇਟ ਵਿੱਚ ਇਹ 25 ਗ੍ਰਾਮ ਹੈ। 10 ਤੋਂ 12 ਬਦਾਮ ਕੱਟ ਕੇ ਲਏ ਹਨ, ਤੁਸੀਂ ਡਰਾਈ ਫਰੂਟਸ ਆਪਣੇ ਹਿਸਾਬ ਨਾਲ ਇਹਦੇ ਵਿੱਚ ਪਾ ਸਕਦੇ ਹੋ। ਹੁਣ ਆਪਾਂ ਚਨਿਆਂ ਨੂੰ ਸਭ ਤੋਂ ਪਹਿਲਾਂ ਪੀਸ ਕੇ ਤਿਆਰ ਕਰਨਾ ਹੈ। ਇੱਥੇ ਮੈਂ ਮਿਕਸੀ ਦਾ ਜਾਰ ਲਿਆ ਹੈ, ਇਹਦੇ ਵਿੱਚ ਆਪਾਂ ਅੱਧੇ ਚਨੇ ਪਾ ਕੇ ਬਿਲਕੁਲ ਮਹੀਨ ਪੀਸ ਲਵਾਂਗੇ, ਯਾਨੀ ਕਿ ਬਿਲਕੁਲ ਬਰੀਕ ਪਾਊਡਰ ਪੀਸ ਕੇ ਤਿਆਰ ਕਰਨਾ ਹੈ। ਚਨੇ ਹੁਣ ਮੈਂ ਪੀਸ ਕੇ ਤਿਆਰ ਕਰ ਲਏ ਹਨ, ਬਿਲਕੁਲ ਬਰੀਕ ਪਾਊਡਰ ਪੀਸ ਕੇ ਤਿਆਰ ਕਰ ਲਿਆ ਹੈ, ਅਤੇ ਜਿਹੜੇ ਬਾਕੀ ਦੇ ਚਨੇ ਸੀ ਉਹ ਵੀ ਆਪਾਂ ਇਸੇ ਤਰੀਕੇ ਨਾਲ ਪੀਸ ਕੇ ਤਿਆਰ ਕਰ ਲਵਾਂਗੇ। ਭੁੱਜੇ ਛੋਲੇ ਆਪਾਂ ਇਸ ਤਰੀਕੇ ਨਾਲ ਬਿਲਕੁਲ ਬਰੀਕ ਪੀਸ ਕੇ ਤਿਆਰ ਕਰਨੇ ਹਨ, ਇਹਨਾਂ ਵਿੱਚ ਕੋਈ ਵੀ ਦਾਣਾ ਨਹੀਂ ਰਹਿਣਾ ਚਾਹੀਦਾ। ਹੁਣ ਮੈਂ ਗੈਸ ਦੇ ਉੱਪਰ ਕੜਾਹੀ ਰੱਖੀ ਹੈ, ਇਹਦੇ ਵਿੱਚ ਆਪਾਂ ਘਿਓ ਪਾਉਣਾ ਹੈ। ਦੇਖੋ ਮੈਂ ਇੰਨਾ ਕੁ ਘਿਓ ਪਾਇਆ ਹੈ, ਬਾਕੀ ਦਾ ਘਿਓ ਆਪਾਂ ਸਾਈਡ 'ਤੇ ਰੱਖ ਲਵਾਂਗੇ, ਅੱਧਾ ਘਿਓ ਮੈਂ ਇਹਦੇ ਵਿੱਚ ਪਾ ਦਿੱਤਾ ਹੈ। ਫਲੇਮ ਨੂੰ ਆਪਾਂ ਇੱਥੇ ਲੋਅ ਹੀ ਰੱਖਣਾ ਹੈ ਅਤੇ ਲੋਅ ਫਲੇਮ 'ਤੇ ਸਭ ਤੋਂ ਪਹਿਲਾਂ ਘਿਓ ਦੇ ਵਿੱਚ ਆਪਾਂ ਖਸਖਸ ਪਾ ਕੇ ਹਲਕਾ ਜਿਹਾ ਭੁੰਨਾਂਗੇ ਤਾਂ ਕਿ ਖਸਖਸ ਦਾ ਕੱਚਾਪਨ ਖਤਮ ਹੋ ਜਾਵੇ। ਖਸਖਸ ਨੂੰ ਮੈਂ ਹਲਕਾ ਜਿਹਾ ਭੁੰਨਿਆ ਹੈ, ਕਲਰ ਹਲਕਾ ਜਿਹਾ ਚੇਂਜ ਹੋ ਗਿਆ ਹੈ, ਬਹੁਤ ਜ਼ਿਆਦਾ ਬਰਾਊਨ ਨਹੀਂ ਕਰਨਾ। ਅਤੇ ਹੁਣ ਇਹਦੇ ਵਿੱਚ ਆਪਾਂ ਕੱਟੇ ਹੋਏ ਬਦਾਮ ਪਾ ਦੇਵਾਂਗੇ ਅਤੇ ਬਦਾਮਾਂ ਨੂੰ ਸਿਰਫ ਆਪਾਂ ਹਲਕਾ ਜਿਹਾ ਹੀ ਭੁੰਨਣਾ ਹੈ, ਸਿਰਫ 30 ਸੈਕਿੰਡ ਵਾਸਤੇ। ਗੈਸ ਦੀ ਫਲੇਮ ਆਪਾਂ ਬਿਲਕੁਲ ਲੋਅ ਕਰ ਦੇਵਾਂਗੇ। ਇਸ ਟਾਈਮ 'ਤੇ ਆਪਾਂ ਇਹਦੇ ਵਿੱਚ ਭੁੱਜੇ ਹੋਏ ਛੋਲੇ ਜਿਹੜੇ ਪੀਸੇ ਸੀ ਉਹ ਪਾ ਦੇਵਾਂਗੇ। ਹੁਣ ਇਹਨਾਂ ਛੋਲਿਆਂ ਨੂੰ ਘਿਓ ਵਿੱਚ ਚੰਗੀ ਤਰ੍ਹਾਂ ਮਿਕਸ ਕਰਨਾ ਹੈ। ਭੁੱਜੇ ਛੋਲੇ ਕਾਫ਼ੀ ਜ਼ਰਾ ਡਰਾਈ ਹੁੰਦੇ ਹਨ ਅਤੇ ਬਹੁਤ ਡਰਾਈ ਵੀ ਲੱਗ ਰਹੇ ਹਨ, ਅਤੇ ਇਹਦੇ ਵਿੱਚ ਹੁਣ ਆਪਾਂ ਘਿਓ ਹੋਰ ਪਾ ਦਿੱਤਾ ਹੈ, 2 ਚਮਚ ਘਿਓ ਦੇ ਸਾਈਡ 'ਤੇ ਰੱਖ ਲਵਾਂਗੇ। ਚੰਗੀ ਤਰ੍ਹਾਂ ਘਿਓ ਨੂੰ ਛੋਲਿਆਂ ਵਿੱਚ ਮਿਕਸ ਕਰਨਾ ਹੈ ਅਤੇ ਫਲੇਮ ਨੂੰ ਆਪਾਂ ਬਿਲਕੁਲ ਲੋਅ ਰੱਖਣਾ ਹੈ, ਕਿਉਂਕਿ ਛੋਲੇ ਪਹਿਲਾਂ ਹੀ ਭੁੱਜੇ ਹੋਏ ਹਨ, ਇਹਨਾਂ ਨੂੰ ਬਹੁਤ ਜ਼ਿਆਦਾ ਪਕਾਉਣ ਦੀ ਜ਼ਰੂਰਤ ਨਹੀਂ ਹੈਗੀ, ਨਹੀਂ ਤਾਂ ਜਿਹੜਾ ਟੇਸਟ ਹੈ ਉਹ ਕੜਵਾ ਹੋ ਜਾਏਗਾ। ਬਾਕੀ ਦਾ ਬਚਿਆ ਹੋਇਆ ਘਿਓ ਵੀ ਇਹਦੇ ਵਿੱਚ ਪਾ ਦੇਵਾਂਗੇ। ਜੇ ਤੁਹਾਨੂੰ ਲੋੜ ਹੋਵੇ ਤੁਸੀਂ ਇਹਦੇ ਵਿੱਚ ਥੋੜ੍ਹਾ ਘਿਓ ਹੋਰ ਪਾ ਸਕਦੇ ਹੋ, ਪਰ ਇੰਨਾ ਘਿਓ ਬਿਲਕੁਲ ਪਰਫੈਕਟ ਹੈ ਅਤੇ ਚੰਗੀ ਤਰ੍ਹਾਂ ਮਿਕਸ ਕਰਾਂਗੇ। ਤੁਸੀਂ ਦੇਖ ਸਕਦੇ ਹੋ ਕਿ ਛੋਲਿਆਂ ਦਾ ਜਿਹੜਾ ਆਟਾ ਹੈ ਬਿਲਕੁਲ ਚੰਗੀ ਤਰ੍ਹਾਂ ਘਿਓ ਨਾਲ ਗਿੱਲਾ ਹੋ ਗਿਆ ਹੈ। ਬਸ ਆਪਾਂ ਲੋਅ ਫਲੇਮ 'ਤੇ ਇਹਨੂੰ ਚੰਗੀ ਤਰ੍ਹਾਂ ਇਸ ਤਰੀਕੇ ਨਾਲ ਮਿਕਸ ਕਰ ਲਿਆ ਹੈ, ਥੋੜ੍ਹਾ ਜਿਹਾ ਗਰਮ ਵੀ ਹੋ ਗਿਆ ਹੈ, ਇਸ ਤੋਂ ਜ਼ਿਆਦਾ ਆਪਾਂ ਇਹਨੂੰ ਨਹੀਂ ਭੁੰਨਾਂਗੇ ਅਤੇ ਸਾਈਡ 'ਤੇ ਕਰ ਦੇਵਾਂਗੇ। ਹੁਣ ਇਸ ਆਪਾਂ ਛੋਲੇ ਭੁੰਨਿਆ ਹੋਇਆ ਨੂੰ ਇਸ ਤਰ੍ਹਾਂ ਬਾਊਲ ਦੇ ਵਿੱਚ ਪਾ ਕੇ ਸਾਈਡ 'ਤੇ ਰੱਖ ਦੇਵਾਂਗੇ। ਭੁੱਜੇ ਹੋਏ ਛੋਲਿਆਂ ਦਾ ਆਟਾ ਕਿਉਂਕਿ ਪਹਿਲਾਂ ਹੀ ਭੁੰਨਿਆ ਹੋਇਆ ਹੁੰਦਾ ਹੈ, ਇਹਨੂੰ ਜ਼ਿਆਦਾ ਓਵਰ ਕੁੱਕ ਕਰਾਂਗੇ ਤਾਂ ਟੇਸਟ ਖਰਾਬ ਹੋ ਜਾਏਗਾ। ਬਸ ਹਲਕਾ ਜਿਹਾ ਆਪਾਂ ਇਹਨਾਂ ਨੂੰ ਭੁੰਨਿਆ ਹੈ, ਕਲਰ ਹਲਕਾ ਜਿਹਾ ਬਸ ਚੇਂਜ ਹੋ ਗਿਆ ਹੈ। ਹੁਣ ਉਸੇ ਕੜਾਹੀ ਵਿੱਚ ਆਪਾਂ ਗੁੜ ਪਾ ਦੇਣਾ ਹੈ।
ਤੇ ਕੱਪ ਦਾ ਚੌਥਾ ਹਿੱਸਾ ਇਹਦੇ ਵਿੱਚ ਪਾਣੀ ਪਾਉਣਾ ਹੈ, ਪਾਣੀ ਬਹੁਤ ਜ਼ਿਆਦਾ ਨਹੀਂ ਪਾਉਣਾ। ਹੁਣ ਮੀਡੀਅਮ ਫਲੇਮ ਦੇ ਉੱਪਰ ਆਪਾਂ ਇਹ ਗੁੜ ਨੂੰ ਚੰਗੀ ਤਰ੍ਹਾਂ ਪਾਣੀ ਵਿੱਚ ਮਿਕਸ ਕਰਨਾ ਹੈ। ਹੁਣ ਮੈਨੂੰ ਕਈਆਂ ਦੇ ਕਮੈਂਟਸ ਆਉਂਦੇ ਹਨ ਜਦੋਂ ਮੈਂ ਕੋਈ ਗੁੜ ਵਾਲੀ ਚੀਜ਼ ਬਣਾਉਂਦੀ ਹਾਂ, ਜਿੱਦਾਂ ਗੁੜ ਮੈਂ ਇੱਥੇ ਇੱਕ ਕੌਲੀ ਲਈ ਹੈ, 200 ਗ੍ਰਾਮ ਗੁੜ ਲਿਆ ਹੈ, ਅਤੇ ਸ਼ੱਕਰ ਕਿੰਨੀ ਪਾਉਣੀ ਹੈ, ਸ਼ੱਕਰ ਤੁਸੀਂ ਇੱਥੇ 250 ਗ੍ਰਾਮ ਪਾਉਣੀ ਹੈ, ਕਿਉਂਕਿ ਸ਼ੱਕਰ ਥੋੜ੍ਹੀ ਗੁੜ ਦੇ ਮੁਕਾਬਲੇ ਫਿੱਕੀ ਹੁੰਦੀ ਹੈ, ਇਸ ਕਰਕੇ ਤੁਹਾਡੀ 250 ਗ੍ਰਾਮ ਸ਼ੱਕਰ ਲੱਗ ਜਾਏਗੀ। ਹੁਣ ਤੁਸੀਂ ਦੇਖ ਰਹੇ ਹੋ ਗੁੜ ਦੀ ਚਾਸ਼ਨੀ ਬਹੁਤ ਹੀ ਵਧੀਆ ਬੋਇਲ ਹੋ ਰਹੀ ਹੈ, ਚਾਸ਼ਨੀ ਪਹਿਲਾਂ ਉਹਨੂੰ ਗਾੜੀ ਹੋਣੀ ਸ਼ੁਰੂ ਹੋ ਗਈ ਹੈ। ਬਹੁਤ ਜ਼ਿਆਦਾ ਵੀ ਆਪਾਂ ਚਾਸ਼ਨੀ ਨੂੰ ਗਾੜੀ ਨਹੀਂ ਕਰਨਾ, ਬਸ ਇਸ ਤਰ੍ਹਾਂ ਦਾ ਹੀ ਰੱਖਣਾ ਹੈ, ਗੈਸ ਦੀ ਫਲੇਮ ਬੰਦ ਕਰ ਦੇਵਾਂਗੇ। ਹੁਣ ਆਪਾਂ ਇੱਕ ਵਾਰੀ ਫਿੰਗਰ ਨਾਲ ਦੇਖਾਂਗੇ ਇਹਦੀ ਇੱਕ ਤਾਰ ਬਣਨੀ ਚਾਹੀਦੀ ਹੈ, ਇਸ ਤਰੀਕੇ ਨਾਲ ਇੱਕ ਤਾਰ ਬਣਾਵਾਂਗੇ। ਇੱਕ ਤਾਰ ਦੀ ਚਾਸ਼ਨੀ ਹੋਏਗੀ ਤਾਂ ਤੁਹਾਡੇ ਲੱਡੂ ਬਹੁਤ ਵਧੀਆ ਬਣ ਕੇ ਤਿਆਰ ਹੋਣਗੇ। ਹੁਣ ਘਿਓ ਵਿੱਚ ਭੁੰਨਿਆ ਹੋਇਆ ਛੋਲਿਆਂ ਦਾ ਆਟਾ ਆਪਾਂ ਇਸ ਚਾਸ਼ਨੀ ਵਿੱਚ ਪਾ ਦੇਵਾਂਗੇ, ਅਤੇ ਪਾਉਂਦੇ ਸਾਰ ਫਟਾਫਟ ਮਿਕਸ ਕਰਨਾ ਹੈ, ਕਿਉਂਕਿ ਚਾਸ਼ਨੀ ਬਹੁਤ ਗਰਮ ਹੈ ਅਤੇ ਆਟਾ ਥੋੜ੍ਹਾ ਠੰਡਾ ਹੋ ਗਿਆ ਹੈ, ਚੰਗੀ ਤਰ੍ਹਾਂ ਫਟਾਫਟ ਮਿਕਸ ਕਰ ਲਵਾਂਗੇ। ਗੈਸ ਦੀ ਫਲੇਮ ਇੱਥੇ ਮੈਂ ਬੰਦ ਰੱਖੀ ਹੋਈ ਹੈ, ਕਿਉਂਕਿ ਚਾਸ਼ਨੀ ਆਪਣੀ ਬਹੁਤ ਜ਼ਿਆਦਾ ਗਰਮ ਹੈ। ਜੇ ਤੁਹਾਨੂੰ ਲੱਗੇ ਤੁਹਾਡੀ ਚਾਸ਼ਨੀ ਢਿੱਲੀ ਹੈ, ਤੁਸੀਂ ਇੱਥੇ ਗੈਸ ਦੀ ਫਲੇਮ ਔਨ ਕਰ ਸਕਦੇ ਹੋ, ਪਰ ਮੈਂ ਗੈਸ ਔਫ ਦੇ ਉੱਪਰ ਹੀ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੈ। ਹੁਣ ਮਿਕਸਚਰ ਆਪਣਾ ਗਾੜਾ ਹੋਣਾ ਸ਼ੁਰੂ ਹੋ ਗਿਆ ਹੈ। ਜਦੋਂ ਚਾਸ਼ਨੀ ਵਿੱਚ ਛੋਲਿਆਂ ਦਾ ਭੁੰਨਿਆ ਹੋਇਆ ਆਟਾ ਪਾਉਣਾ ਹੈ ਤਾਂ ਫਟਾਫਟ ਇਸ ਤਰੀਕੇ ਨਾਲ ਮਿਕਸ ਕਰਨਾ ਹੈ, ਨਹੀਂ ਤਾਂ ਲੰਬਸ ਬਣ ਸਕਦੇ ਹਨ। ਹੁਣ ਚਾਸ਼ਨੀ ਵਿੱਚ ਛੋਲਿਆਂ ਦਾ ਆਟਾ ਚੰਗੀ ਤਰ੍ਹਾਂ ਮਿਕਸ ਹੋ ਗਿਆ, ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਲੱਗ ਰਿਹਾ ਹੈ। ਇੱਕ ਵਾਰੀ ਆਪਾਂ ਇਸ ਤਰੀਕੇ ਨਾਲ ਗੋਲੀ ਬਣਾ ਕੇ ਦੇਖਾਂਗੇ, ਬਹੁਤ ਹੀ ਵਧੀਆ ਗੋਲੀ ਬਣ ਗਈ ਹੈ, ਇਹਦਾ ਮਤਲਬ ਪਿੰਨਿਆ ਬਣਨ ਵਾਸਤੇ ਆਪਣਾ ਹੁਣ ਮਿਕਸਰ ਬਿਲਕੁਲ ਤਿਆਰ ਹੋ ਗਿਆ ਹੈ। ਹੁਣ ਕੜਾਹੀ ਨੂੰ ਸਾਈਡ 'ਤੇ ਰੱਖ ਕੇ ਹਲਕਾ ਜਿਹਾ ਠੰਡਾ ਕਰ ਲਵਾਂਗੇ, ਜਦੋਂ ਗੁਨਗੁਨਾ ਜਿਹਾ ਹੋ ਜਾਏਗਾ ਫਿਰ ਆਪਾਂ ਇਹਦੀਆਂ ਪਿੰਨੀਆਂ ਬਣਾ ਕੇ ਤਿਆਰ ਕਰਾਂਗੇ। ਪਿੰਨੀਆਂ ਦਾ ਮਿਕਸਰ ਹਲਕਾ ਜਿਹਾ ਠੰਡਾ ਹੋ ਗਿਆ ਹੈ, ਹਲਕਾ ਜਿਹਾ ਕੋਸਾ ਹੈ, ਤਾਂ ਹੁਣ ਆਪਾਂ ਪਿੰਨੀਆਂ ਬਣਾ ਲਵਾਂਗੇ। ਤੁਸੀਂ ਪਿੰਨੀਆਂ ਆਪਣੇ ਹਿਸਾਬ ਨਾਲ ਵੱਡੀਆਂ ਛੋਟੀਆਂ ਬਣਾ ਸਕਦੇ ਹੋ। ਆਪਾਂ ਪੰਜਾਬੀ ਹਰ ਇਸ ਤਰ੍ਹਾਂ ਦੀ ਚੀਜ਼ ਨੂੰ ਪਿੰਨੀਆਂ ਹੀ ਕਹਿੰਦੇ ਹਾਂ, ਪਰ ਕਈ ਲੋਕ ਇਹਨਾਂ ਨੂੰ ਲੱਡੂ ਵੀ ਕਹਿੰਦੇ ਹਨ। ਹੁਣ ਆਪਾਂ ਇਹਨਾਂ ਨੂੰ ਇਸ ਤਰੀਕੇ ਨਾਲ ਬਦਾਮ ਨਾਲ ਸਜਾ ਦੇਵਾਂਗੇ। ਹੁਣ ਸਾਰੀਆਂ ਪਿੰਨੀਆਂ ਆਪਾਂ ਇਸ ਤਰੀਕੇ ਨਾਲ ਬਣਾ ਕੇ ਰੱਖ ਲਵਾਂਗੇ। ਇਹ ਪਿੰਨੀਆਂ ਬਹੁਤ ਜ਼ਿਆਦਾ ਹੈਲਦੀ ਬਣ ਕੇ ਤਿਆਰ ਹੋਈਆਂ ਹਨ। ਸਾਰੀਆਂ ਪਿੰਨੀਆਂ ਮੈਂ ਬਣਾ ਕੇ ਪਲੇਟ ਵਿੱਚ ਰੱਖ ਲਈਆਂ ਹਨ, ਉੱਪਰੋਂ ਮੈਂ ਡੈਕੋਰੇਟ ਕੀਤਾ ਹੈ ਬਦਾਮ ਲਗਾ ਕੇ, ਬਹੁਤ ਹੀ ਵਧੀਆ ਲੱਗ ਰਹੀਆਂ ਹਨ। ਹੁਣ ਆਪਣੇ ਬਹੁਤ ਹੀ ਟੇਸਟੀ, ਬਹੁਤ ਹੀ ਹੈਲਦੀ ਭੁੰਨੇ ਛੋਲਿਆਂ ਦੀਆਂ ਪਿੰਨੀਆਂ ਬਣ ਕੇ ਬਿਲਕੁਲ ਤਿਆਰ ਹਨ, ਬਹੁਤ ਹੀ ਟੇਸਟੀ ਪਿੰਨੀਆਂ ਬਣ ਕੇ ਤਿਆਰ ਹੋਈਆਂ ਹਨ। ਤੁਸੀਂ ਇਹਨਾਂ ਪਿੰਨੀਆਂ ਨੂੰ ਇੱਕ ਮਹੀਨਾ ਸਟੋਰ ਕਰਕੇ ਰੱਖ ਸਕਦੇ ਹੋ, ਇਹ ਪਿੰਨੀਆਂ ਬਿਲਕੁਲ ਖਰਾਬ ਨਹੀਂ ਹੁੰਦੀਆਂ ਅਤੇ ਬਹੁਤ ਜ਼ਿਆਦਾ ਮਜ਼ੇਦਾਰ ਬਣ ਕੇ ਤਿਆਰ ਹੋਈਆਂ ਹਨ। ਤੁਸੀਂ ਮੇਰੇ ਤਰੀਕੇ ਨਾਲ ਇਹ ਪਿੰਨੀਆਂ ਦੀ ਰੈਸਪੀ ਜ਼ਰੂਰ ਟਰਾਈ ਕਰਨਾ, ਫਿਰ ਮੈਨੂੰ ਦੱਸਣਾ ਕਿ ਤੁਹਾਡੀਆਂ ਇਹ ਪਿੰਨੀਆਂ ਕਿਸ ਤਰ੍ਹਾਂ ਬਣੀਆਂ। ਤਾਂ ਫਿਰ ਮਿਲਦੇ ਹਾਂ ਕਿਸੇ ਇਸ ਤਰ੍ਹਾਂ ਦੀ ਹੋਰ ਟੇਸਟੀ ਅਤੇ ਡਿਲੀਸ਼ੀਅਸ ਰੈਸਪੀ ਦੇ ਨਾਲ। ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ।